ਜੀ ਜਾਣਦੇ ਵੀ ਉਰੇ ਇੱਕ ਨਵਾਂ ਆਇਆ ਰਾਜਾ ਬੜਿੰਗ ਕੌਣ ਹੈ, ਜਾਣਦੇ ਹੋ ਤੁਸੀਂ? ਉਹਨੂੰ ਨਹੀਂ ਮੈਂ ਜਾਣਦਾ। ਜਾਣਦੇ ਨਹੀਂ? ਉਹ ਤਾਂ ਕਹਿੰਦੇ ਜੀ ਮੈਂ ਹੀ ਹਾਂ ਸਭ ਤੋਂ ਬੜਾ ਲੀਡਰ ਉਰੇ ਪੰਜਾਬ ਦਾ। ਮੈਂ ਨਾਮ ਮਿਲਿਆ ਸੁਣਿਆ, ਨਾਮ ਪਹਿਲੀ ਵਾਰ ਸੁਣਿਆ। ਹਾਂ ਜੀ, ਬਿੱਟੂ ਨੂੰ ਜਾਣਦੇ ਆ। ਬਿੱਟੂ ਨੂੰ ਜਾਣਦੇ ਹੋ? ਜਿਹੜਾ ਬੰਦਾ ਸਾਡੇ ਕੰਮ ਆ ਉਹਨੂੰ ਕਵਾਂਗੇ ਚੰਗਾ, ਦੂਜੇ ਥੋੜੀ ਕਵਾਂਗੇ। ਰਾਜਾ ਬੜਿੰਗ ਕਹਿੰਦਾ ਜੀ ਲੁਧਿਆਣੇ ਦੇ ਲੋਕ ਕਹਿੰਦੇ ਨੇ ਮੈਂ ਜਿੱਤੂਗਾ। ਪਤਾ ਨੀ ਕਿਹੜਾ ਰਾਜਾ ਬੜਿੰਗ, ਮੈਂ ਨਾਂ ਹੀ ਪਹਿਲੀ ਸੁਣਿਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅਸੀਂ ਲੁਧਿਆਣੇ ਪਹੁੰਚੇ ਹਾਂ ਅਤੇ ਲੁਧਿਆਣੇ ਦੇ ਲੋਕਾਂ ਤੋਂ ਜਾਣਦੇ ਹਾਂ ਕਿ ਇੱਥੇ ਦਾ ਰੁਝਾਨ ਕੀ ਹੈ ਅਤੇ ਲੋਕ ਕਿਹਨੂੰ ਪਸੰਦ ਕਰਦੇ ਨੇ, ਕਿਉਂਕਿ ਨਵੇਂ ਕੈਂਡੀਡੇਟ ਵੀ ਇੱਥੇ ਪਹੁੰਚੇ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਜਾਣਦੇ ਵੀ ਉਰੇ ਇੱਕ ਨਵਾਂ ਆਇਆ ਰਾਜਾ ਬੜਿੰਗ ਕੌਣ ਹੈ, ਜਾਣਦੇ ਹੋ ਤੁਸੀਂ? ਉਹਨੂੰ ਨਹੀਂ ਮੈਂ ਜਾਣਦਾ। ਜਾਣਦੇ ਨਹੀਂ? ਉਹ ਤਾਂ ਕਹਿੰਦਾ ਜੀ ਮੈਂ ਹੀ ਹਾਂ ਸਭ ਤੋਂ ਬੜਾ ਲੀਡਰ ਉਰੇ ਪੰਜਾਬ ਦਾ। ਮੈਂ ਨਾਮ ਮਿਲਿਆ ਸੁਣਿਆ। ਨਾਮ ਪਹਿਲੀ ਵਾਰ ਸੁਣਿਆ? ਹਾਂ ਜੀ। ਕਾਂਗਰਸ ਦਾ ਪ੍ਰਧਾਨ ਹੈ ਬਾਪੂ, ਉਰੇ ਆਇਆ ਹੋਇਆ ਐਤਕੀ। ਅੱਛਾ ਜੀ, ਬਿੱਟੂ ਨੂੰ ਜਾਣਦੇ ਆ? ਬਿੱਟੂ ਨੂੰ ਜਾਣਦੇ ਹੋ? ਬਿੱਟੂ ਤਾਂ ਉਹ ਚਲੇ ਗਏ ਬੀਜੇਪੀ 'ਚ। ਬੀਜੇਪੀ ਚਲੇ ਗਿਆ, ਅਗਲੇ ਵੋਟ ਪੰਜਿਆਂ ਨੇ ਪਾਉਂਦੇ, ਉਹਦੀ ਸ਼ਕਲ ਵੇਖ ਕੇ ਨਹੀਂ ਪਾਉਂਦੇ, ਉਹ ਪਾਰਟੀ ਨੂੰ ਵੋਟ ਪਾਉਂਦੇ ਆ। ਅਸੀਂ ਤਾਂ ਮਿੱਟੀ ਦਾ ਪੁਤਲਾ ਬਣਾ ਦੇ, ਅਸੀਂ ਉਹਨੂੰ ਵੋਟ ਪਾ ਦਿੰਦੇ। ਅੱਛਾ, ਤੇ ਉਰੇ ਆਮ ਆਦਮੀ ਪਾਰਟੀ ਦਾ ਕਿਵੇਂ ਜ਼ੋਰ? ਆਮ ਆਦਮੀ ਪਾਰਟੀ ਦਾ ਵੀ ਜ਼ੋਰ ਹੈ, ਕੰਮ ਚੰਗੇ ਕਰਦੇ ਪਏ, ਉਹਦੀ ਐਸੀ ਗੱਲ ਨਹੀਂ ਹੈ। ਕੋਈ ਵੀ ਨਵਾਂ ਕੈਂਡੀਡੇਟ ਬਣਦਾ ਵਾ ਉਹ ਫਿਰ ਕੰਮ ਕਰਦਾ, ਮੈਨੂੰ ਵੋਟਾਂ ਮਿਲਣ, ਤੇ ਜੇ ਉਹਦਾ ਕੰਮ ਕਰੂਗਾ ਤਾਂ ਹੀ ਵੋਟ ਮਿਲੇਗੀ। ਹਾਂ ਇਹ ਤਾਂ ਹੈ। ਹਾਂਜੀ, ਤੇ ਲੋਕਾਂ ਦੀ ਸੁਣਦੇ ਨੇ, ਲੰਦੇ ਨੇ ਸਾਰ? ਹਾਂ ਬਹੁਤ ਸੁਣਦੇ ਉਹ, ਸੁਣਦੇ ਨੇ, ਕੰਮ ਹੁੰਦਾ ਹੈ, ਕੰਮ ਹੁੰਦਾ, ਤੰਗੀ ਪਰੇਸ਼ਾਨੀ ਤਾਂ ਨਹੀਂ ਆਉਂਦੀ ਕੋਈ? ਨਾ, ਆ ਮੇਰਾ ਰੇੜਾ ਲੈ ਗਿਆ ਸੀ, ਫੜ ਗਿਆ ਕਮੇਟੀਆਂ ਚੋਂ, ਕਿਉਂ ਉੱਥੋਂ ਲੈ ਗਏ, ਮੈਂ 6 ਵਾਰਾ ਗਿਆ ਉਹਨਾਂ ਕੋਲ, ਦਿੱਤਾ ਨਹੀਂ, ਮੇਰੇ ਰੇੜਾ ਮੇਰਾ ਸਾਰਾ ਤੋੜਦਾ, ਮੈਂ ਦਿੱਤਾ ਉਹਨਾਂ, ਮੈਂ ਬਣਾਇਆ ਫਿਰ, ਮੈਂ ਗਿਆ ਉਹਨਾਂ ਕੋਲ, ਸਮਝਿਆ ਭੈ, ਝਾੜੂ ਵਾਲ ਨੇ ਕਰਾ ਕੇ ਦਿੱਤਾ ਫਿਰ? ਮੈਂ ਝਾੜੂ ਨੂੰ ਫੋਨ ਕੀਤਾ, ਅੱਛਾ, ਜਦੋਂ ਮੈਨੂੰ ਰੇੜਾ ਦਿੱਤਾ, ਤੇ ਅਸੀਂ ਹੁਣ ਚੰਗਾ ਕਹਾਂਗੇ। ਬਿਲਕੁਲ। ਹਾਂ, ਜਿਹੜਾ ਬੰਦਾ ਸਾਡੇ ਕੰਮ ਆ ਉਹਨੂੰ ਕਵਾਂਗੇ ਚੰਗਾ, ਦੂਜੇ ਥੋੜੀ ਕਵਾਂਗੇ। ਰਾਜਾ ਬੜਿੰਗ ਕਹਿੰਦਾ ਜੀ ਲੁਧਿਆਣੇ ਦੇ ਲੋਕ ਕਹਿੰਦੇ ਨੇ ਮੈਂ ਜਿੱਤੂਗਾ। ਪਤਾ ਨੀ ਕਿਹੜਾ ਰਾਜਾ ਬੜਿੰਗ, ਮੈਂ ਨਾਂ ਹੀ ਪਹਿਲੀ ਸੁਣਿਆ। ਮੈਂ ਨਾਂ ਹੀ ਪਹਿਲੀ ਵਾਰ ਸੁਣਿਆ। ਚਲ ਕੋਈ ਨੀ, ਮਿਲ ਜੂਗਾ ਤੁਹਾਨੂੰ ਉਰੇ, ਗੇੜੇ ਕੱਢਦਾ ਪ੍ਰਚਾਰ ਦੇ ਵਿੱਚ, ਆਪਕੋ ਮਿਲ ਜੂਗਾ, ਆ ਜੂਗਾ। ਉਹਨਾਂ ਸਾਨੂੰ ਮਿਲੇ, ਵਾਹੇ ਤੋਂ ਆਇਆ। ਹਾਂਜੀ, ਬਠਿੰਡੇ ਸਾਈਡ ਤੋਂ ਆਇਆ। ਬਠਿੰਡੇ ਸਾਈਡ ਆਇਆ, ਸਾਨੂੰ ਮਿਲੇ ਆ ਕੇ, ਫਿਰ ਵੋਟਾਂ ਦੇਵਾਂਗੇ। ਆ ਫੇਰ ਦੋਗੇ ਹਨਾ? ਹਾਂ, ਉਹ ਆਪਾਂ ਇਤਨਾ ਥੋੜੀ ਮਗਰ ਤੁਰੇ ਪਏ, ਕਹੇ ਦੇ ਲੋੜ ਉਹਨੂੰ ਸਾਨੂੰ ਥੋੜੀ ਆ। ਬੜੇ ਬੜੇ ਘਰਾਣਿਆਂ ਨੂੰ ਮਿਲਦੇ ਨੇ ਜਾ ਕੇ ਜਿੱਥੋਂ ਫੰਡ ਮਿਲਣਾ ਹੈ। ਮਾੜੇ ਬੰਦੇ ਕੋਲ ਥੋੜੀ ਆਉਂਦੇ ਨੇ, ਵੋਟਾਂ ਵੋਟਾਂ ਸਾਰੀਆਂ ਮਾੜੇ ਬੰਦਿਆਂ ਦੀਆਂ, ਤਕੜੇ ਵੋਟਾਂ ਨਹੀਂ ਆਉਂਦੀਆਂ, ਵੋਟਾਂ ਨਹੀਂ ਆਉਂਦੀਆਂ। ਤਕੜੇ ਤਾਂ ਇੱਕ ਪਾਸੇ ਹੀ ਭੁਗਤਦੇ ਨੇ, ਕੰਮ ਵੀ ਲੈਂਦੇ ਨੇ ਨਾ। ਐਤਕਾਂ ਇਹ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੇ ਸੀਗੇ ਇੱਕ ਮੌਕਾ ਇੱਕ ਮੌਕਾ, ਮੈਂ ਅੰਬਰਸਰ ਤੋਂ ਵੋਟਾਂ ਪਾਈਆਂ, ਤਰਨ ਤਾਰਨ ਤੋਂ ਪਾਈਆਂ, ਪੱਟੀ ਤੋਂ ਪਾਈਆਂ, ਆਪਣਾ ਛਿਆਟੇ ਤੋਂ ਪਾਈਆਂ, ਜਨਾਲੇ ਤੋਂ ਪਾਈਆਂ, ਮੇਰੀ ਰਿਸ਼ਤੇਦਾਰੀ ਉੱਧਰ ਆ ਸਾਰੀ, ਫਿਰ ਗੁਰਦਾਸਪੁਰੋਂ ਪਾਈਆਂ, ਬਟਾਲੇ ਪਾਈਆਂ, ਸਾਰੇ ਪਾਸੇ ਗੱਲ ਇੱਥੇ ਹੁੰਦੀਆਂ ਫੋਨ 'ਤੇ, ਬਸ ਹੁਣ ਤਾਂ ਜਾਣ ਦੀ ਲੋੜ ਕੋਈ ਨਹੀਂ। ਐਤਕੀ ਤਾਂ ਉੱਧਰ ਤਾਂ ਅੰਮ੍ਰਿਤਪਾਲ ਵੀ ਖੜਾ, ਬੜਾ ਉਹ ਬੜਾ ਕੋਈ ਵੀ ਖੜਾ, ਅਸੀਂ ਤਾਂ ਪਾਰਟੀ ਵੋਟ ਪਾਉਣੀ ਆ। ਅਸੀਂ ਲੁਧਿਆਣੇ 'ਚ ਖੜਿਆ ਅਤੇ ਹੋਰ ਵੀ ਅਸੀਂ ਵੱਖ ਵੱਖ ਲੋਕਾਂ ਦੇ ਨਾਲ, ਵੱਖ ਵੱਖ ਤਰ੍ਹਾਂ ਦੇ ਜਿਹੜੇ ਉਰੇ ਚਾਹੇ ਕਰਮਚਾਰੀ ਨੇ ਜਾਂ ਮੁਲਾਜ਼ਮ ਨੇ ਜਾਂ ਵਪਾਰੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਤਦ ਤੱਕ ਦਿਓ ਇਜਾਜ਼ਤ, ਧੰਨਵਾਦ।